ਪੰਜਾਬ ਦੇ ਵਿੱਚ ਕਰਫਿਊ ਨੂੰ ਲੱਗੇ ਨੂੰ ਅੱਜ 9ਵਾਂ ਦਿਨ ਹੋ ਗਿਆ। ਜੇਕਰ ਗੱਲ ਕਰੀਏ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਤੋਂ ਬਿਲਕੁਲ ਬਾਜ਼ਾਰ ਆ ਜਿਹੜੇ ਉਹ ਬੰਦ ਨੇ, ਇੱਥੇ ਬਿਲਕੁਲ ਪੁਲਿਸ ਦਾ ਜਿਹੜਾ ਪਹਿਰਾ ਉਹ ਚਾਰੇ ਪਾਸੇ ਸਖਤੀ ਕਰਤੀ, ਕੋਈ ਵੀ ਆਉਣ ਜਾਣੇ ਦਾ ਆਉਣ ਜਾਣ ਵਾਲਾ ਨਹੀਂ ਲੰਘ ਰਿਹਾ, ਬਿਲਕੁਲ ਸੜਕਾਂ ਜਿਹੜੀਆਂ ਉਹ ਸੁੰਨੀਆਂ ਜਾਪਦੀਆਂ। ਔਰ ਜੇਕਰ ਆਪਾਂ ਕਾਰੋਬਾਰ ਦੀ ਗੱਲ ਕਰੀਏ, ਕਾਰੋਬਾਰ ਆ ਪੰਜਾਬ ਦੇ ਵਿੱਚ ਉਹ ਬੰਦ ਹੋ ਗਏ ਨੇ, ਸਾਰੇ ਜਿਹੜੇ ਲੋਕ ਹੈ ਜਨਤਾ ਪੰਜਾਬ ਦੀ ਉਹ ਆਪਣੇ ਆਪਣੇ ਘਰੋਂ ਬੈਠੀ ਹੈ। ਜਿੱਥੇ ਪਿਛਲੇ ਦਿਨਾਂ ਦੇ ਵਿੱਚ ਰਾਸ਼ਨ ਵੰਡਣ ਦੀਆਂ ਖਬਰਾਂ ਗਰੀਬਾਂ ਨੂੰ ਸਾਹਮਣੇ ਆਈਆਂ ਸੀਗੀਆਂ, ਉੱਥੇ ਹੁਣ ਕੁਝ ਨੌਜਵਾਨ ਇਲਾਕੇ ਦੇ ਪਿੰਡ ਜਗਾ ਰਮਤੀ ਦੇ ਨੌਜਵਾਨ ਸਾਡੇ ਸਾਹਮਣੇ ਆਏ ਆ, ਜੋ ਬੇਜਵਾਨਾਂ ਲਈ ਜੋ ਅਵਾਰਾ ਪਸ਼ੂ ਆ ਗਊਆਂ ਉਹਨਾਂ ਦੇ ਲਈ ਹਰੇ ਚਾਰੇ ਦਾ ਇਹਨਾਂ ਨੇ ਪ੍ਰਬੰਧ ਕਰਿਆ। ਇਹਨਾਂ ਦਾ ਪ੍ਰਬੰਧਕ ਜਿਹੜਾ ਮੁੱਖ ਪ੍ਰਬੰਧਕ ਦੀ ਜੇ ਆਪਾਂ ਗੱਲ ਕਰੀਏ ਪਿੰਡ ਜੌੜਕੀਆਂ ਤੋਂ ਹੈ ਜੋ ਮੁੱਖ ਇਹਨਾਂ ਦਾ ਚਮਕੌਰ ਸਿੰਘ, ਉਹਦੀ ਬਦੌਲਤ ਇਹ ਹਰਾ ਚਾਰਾ ਜਿਹੜਾ ਇਹਨਾਂ ਨੇ ਲਿਆਂਦਾ। ਮੇਰੇ ਨਾਲ ਇਹ ਹਰਾ ਚਾਰਾ ਲਾ ਰਹੇ ਹੈ, ਪਿੱਛੇ ਮੇਰੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕੀ ਇਹਨਾਂ ਦੇ ਮਨ 'ਚ ਆਇਆ, ਕੀ ਕਹਿਣਾ ਚਾਹੁੰਦੇ। ਹਾਂਜੀ, ਕੀ ਨਾਂ ਤੁਹਾਡਾ ਜੀ? ਚਮਕੌਰ ਸਿੰਘ ਜੀ। ਚਮਕੌਰ ਸਿੰਘ, ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਜੀ? ਕੱਲ੍ਹ ਮੈਂ ਬਾਜ਼ਾਰ 'ਚ ਆ ਰਿਹਾ ਸੀਗਾ ਜੀ, ਸੁਬਹਾ ਜਦੋਂ ਦੀ ਮੈਂ ਇੱਥੋਂ ਲੰਘਿਆ ਮੈਂ ਦੇਖਿਆ ਵੀ ਗੌਂਗਾਂ ਵਿਚਾਰੀਆਂ ਭੁੱਖੀਆਂ ਬੈਠੀਆਂ ਜੀ, ਅਤੇ ਮੇਰੇ ਮਨ 'ਚ ਆਇਆ ਵੀ ਕਿਉਂ ਨਾ ਇਹਨਾਂ ਦਾ ਕੋਈ ਉਪਰਾਲਾ ਕਰਿਆ ਜਾਵੇ। ਗਰੀਬਾਂ ਕੋਲ ਤਾਂ ਹਰੇਕ ਹੀ ਰਾਸ਼ਨ ਪਹੁੰਚਾਈ ਜਾਂਦਾ ਜੀ, ਸੰਸਥਾਵਾਂ ਵੀ ਅੱਗੇ ਆ ਗਈਆਂ, ਸ਼੍ਰੋਮਣੀ ਕਮੇਟੀ ਵੀ ਗਰੀਬਾਂ ਤੱਕ ਪਹੁੰਚਾ ਰਹੀ ਹੈ, ਇਹਨਾਂ ਵਾਸਤੇ ਕੁਝ ਨਹੀਂ ਸੋਚ ਰਿਹਾ ਜੀ। ਫਿਰ ਮੈਂ ਮੁੰਡਾ ਸੇਵਕ ਜਗੇ ਤੋਂ ਮੇਰਾ ਦੋਸਤ, ਉਹਨੂੰ ਮੈਂ ਫੋਨ ਕਰਿਆ, ਉਹ ਕਹਿੰਦਾ ਵੀ ਸਾਡੇ ਹਰਾ ਚਾਰਾ ਵਾਧੂ ਆ, ਉਹਨਾਂ ਨੇ ਅੱਜ ਇਹ ਉਪਰਾਲਾ ਕੀਤਾ ਜੀ, 5-7 ਮੁੰਡੇ ਉਹਨਾਂ ਨੇ ਲੈ ਕੇ ਆਏ। ਤੁਸੀਂ ਹੋਰ ਨੌਜਵਾਨਾਂ ਨੂੰ ਜਿਹੜੇ ਇਲਾਕੇ ਦੇ ਵਿੱਚ ਹੋਰ ਨੂੰ ਆਪਾਂ ਇਹੀ ਅਪੀਲ ਕਰਦੇ ਹਾਂ, ਦੇਖੋ ਹਰਾ ਚਾਰਾ ਹਰੇਕ ਦੇ ਆਪਣੇ ਵਾਧੂ ਆ ਜੀ, ਵੀ ਤੁਸੀਂ ਗਊਆਂ ਦੀ ਸੇਵਾ ਕਰੋ। ਗਊ ਵਿਚਾਰੇ ਗਊਆਂ ਦੇ ਢੱਠੇ ਸਾਰੇ ਭੁੱਖੇ ਮਰੀ ਜਾਂਦੇ ਆ, ਗਰੀਬਾਂ ਤੱਕ ਤਾਂ ਹਰੇਕ ਹੀ ਰਾਸ਼ਨ ਲੈ ਕੇ ਆ ਜਾਂਦਾ ਜੀ, ਇਹਨਾਂ ਬਾਰੇ ਕੋਈ ਨਹੀਂ ਸੋਚਦਾ ਜੀ। ਹਾਂ, ਹੁਣ ਜਿਵੇਂ ਮਤਲਬ ਕਹਿ ਸਕਦੇ ਹਾਂ ਵੀ ਕਿਸਾਨ ਆ, ਕਿਤੇ ਨਾ ਕਿਤੇ ਵਿਹਲਾ ਵੀ ਥੋੜ੍ਹਾ ਜਿਹਾ ਕੰਮ ਤੋਂ ਥੋੜ੍ਹਾ ਜਿਹਾ ਫੁਰਸਤ ਹੈ, ਆਪਾਂ ਨੌਜਵਾਨਾਂ ਨਾਲ ਗੱਲ ਕਰਦੇ ਹਾਂ ਵੀ ਇਹਨਾਂ ਦੇ ਮਨ ਦੇ ਵਿੱਚ ਕਿਵੇਂ ਆ, ਕਿ ਤੁਸੀਂ ਹੋਰ ਵੀ ਕਹਿਣਾ ਚਾਹੁੰਦੇ ਹੋ, ਕੀ ਨਾਂ ਤੁਹਾਡਾ ਜੀ? ਮਨਜੀਤ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਕਹਿਣਾ ਚਾਹੁੰਦੇ ਹਾਂ ਵੀ ਗਊਸ਼ਾਲਾ 'ਚ ਅਤੇ ਗਰੀਬਾਂ ਨੂੰ ਤਾਂ ਹਰੇਕ ਹੀ ਰਾਸ਼ਨ ਦੇ ਰਿਹਾ, ਜਿਹੜੇ ਸ਼ਹਿਰਾਂ 'ਚ ਵੀ ਚੌਂਕਾਂ 'ਚ ਬੇਜਵਾਨ ਪਸ਼ੂ ਬੈਠੇ ਆ, ਵੀ ਇਹਨਾਂ ਨੂੰ ਪਿੰਡਾਂ 'ਚੋਂ ਵੱਧ ਤੋਂ ਵੱਧ ਹਰਾ ਚਾਰਾ ਪਾਇਆ। ਅਸੀਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਆਪਣੇ ਹਰਾ ਚਾਰਾ ਸਭ ਤੋਂ ਵਾਧੂ ਆ ਪਿੰਡਾਂ ਵਿੱਚ, ਅਤੇ ਇਹਨਾਂ ਬੇਜਵਾਨਾਂ ਨੂੰ ਪਾਇਆ ਜਾਵੇ ਗਊਸ਼ਾਲਾ ਦੀ ਲਿਜਾਣ ਦੀ ਬਜਾਏ, ਵੀ ਜੋ ਚੌਂਕਾਂ 'ਚ ਜਾਂ ਸ਼ਹਿਰਾਂ 'ਚ ਪਸ਼ੂ ਆ ਉਹਨਾਂ ਨੂੰ ਪਾਇਆ ਜਾਵੇ। ਜਿਵੇਂ ਤੁਸੀਂ ਹਰਾ ਚਾਰਾ ਲਿਆਂਦਾ, ਪਸ਼ੂ ਦੇਖੋ ਭੁੱਖੇ ਖੜੇ ਸੀ ਨਾਲ ਦੀ ਨਾਲ ਹੀ, ਹਾਂਜੀ ਖਾਣ ਲੱਗ ਗਈ, ਵਧੀਆ ਗੱਲ ਹੈ ਕਿਤੇ ਨਾ। ਹਾਂਜੀ, ਇਹ ਬਹੁਤ ਵਧੀਆ ਗੱਲ ਹੈ, ਇਹ 2-3 ਦਿਨਾਂ ਤੋਂ ਵਿਚਾਰੇ ਭੁੱਖੇ, ਇਹਨਾਂ ਨੂੰ ਕਿਤੇ ਪੀਣ ਨੂੰ ਪਾਣੀ ਨਹੀਂ, ਕੁਛ ਹਰਾ ਚਾਰਾ ਨਹੀਂ ਮਿਲ ਰਿਹਾ, ਜਿਸ ਕਾਰਨ ਇਹ ਭੁੱਖੇ ਸੀ, ਇਹਨਾਂ ਨੇ ਟਰਾਲੀ ਤੋਂ ਲਾਉਣ ਵੀ ਨਹੀਂ ਦਿੱਤਾ ਨਹੀਂ। ਹਾਂ, ਮੈਂ ਕੈਮਰਾ ਮੈਨ ਨੂੰ ਕਹੂੰਗਾ ਵੀ ਪਸ਼ੂ ਖਾਂਦੇ ਜਿਹੜਾ ਹਰਾ ਚਾਰਾ ਉਹ ਦਿਖਾਵੇ ਵੀ ਕਿਵੇਂ ਆ ਜਿਹੜੇ ਉਹ ਪਸ਼ੂ ਆ ਜਿਹੜੇ ਉਹ ਜਿਵੇਂ ਹੀ ਇਹਨਾਂ ਨੇ ਲਿਆਂਦਾ ਹਰੇ ਚਾਰੇ ਨੂੰ ਇਹ ਖਾ ਰਹੇ ਆ, ਕਿਤੇ ਨਾ ਕਿਤੇ ਕਈ ਦਿਨਾਂ ਦੇ ਇਹ ਭੁੱਖੇ ਸਨ, ਸੋ ਇਹਨਾਂ ਨੂੰ ਹਰਾ ਚਾਰਾ ਜਿਹੜਾ ਉਹ ਬਹੁਤ ਵਧੀਆ ਲੱਗਿਆ, ਜਿਵੇਂ ਆਮ ਇਨਸਾਨ ਵਾਸਤੇ ਖਾਣਾ ਚਾਹੀਦਾ, ਸੋ ਇਹਨਾਂ ਵਾਸਤੇ ਵੀ ਨੌਜਵਾਨਾਂ ਜਿਹੜੇ ਉਹ ਅਪੀਲ ਕਰ ਰਹੇ ਨੇ ਵੀ ਕਿਤੇ ਨਾ ਕਿਤੇ ਨੌਜਵਾਨਾਂ ਦਾ ਸਲਾਹ ਹੈ ਵੀ ਹੋਰ ਨੌਜਵਾਨਾਂ ਨੂੰ ਵੀ ਕਿਸਾਨ ਇਸ ਵੇਲੇ ਫੁਰਸਤ ਦਾ ਹੈ, ਮੌਕਾ ਹੈ ਵੀ ਕਿਸਾਨ ਆ ਜਿਹੜੇ ਵਿਹਲੇ ਅਵਾਰਾ ਪਸ਼ੂਆਂ ਨੂੰ ਆਪਣੇ ਖੇਤਾਂ ਦੇ ਵਿੱਚੋਂ ਹਰਾ ਚਾਰਾ ਵੱਢ ਕੇ ਥੋੜ੍ਹੀ ਮੋਟੀ ਸਮਾਜ ਦੀ ਸੇਵਾ ਕਰਨ। ਤਲਵੰਡੀ ਸਾਹਿਬ ਤੋਂ ਕਮਲ ਦੇ ਨਾਲ ਲਖਵਿੰਦਰ ਸ਼ਰਮਾ, ਅਜੀਤ ਬਿਪਤੀ ਵੀ ਤਲਵੰਡੀ ਸਾਹਿਬ।